ਹੁੰਦੀ ਨਾ ਜਿੱਧਰ ਨੂੰ ਜਾ ਰਿਹਾ ਨਾ ਅਸੀਂ ਪਿੱਛੇ ਪਿੱਛੇ ਤੁਰੇ ਜਾਂਦੇ ਹਾਂ ਉੱਥੋਂ ਖੁਸ਼ਬੂਆਂ ਹੀ ਆਉਂਦੀਆਂ ਜਾ ਰਹੀਆਂ ਖੁਸ਼ਬੂਆਂ ਦੇ ਪਿੱਛੇ ਪਿੱਛੇ ਤੁਰੇ ਜਾਂਦੇ ਹਾਂ ਅੱਗੇ ਸੋਹਣੇ ਨਬੀ ਨਾਲ ਜ਼ਿਆਰਤਾਂ ਹੋ ਜਾਂਦੀਆਂ ਨੇ ਔਰ ਲੋਕੋ ਮੇਰੇ ਨਬੀ ਦਾ ਪਸੀਨਾ ਵੀ ਪਾਕ ਮੇਰੇ ਨਬੀ ਦਾ ਓਏ ਸੀਨਾ ਵੀ ਪਾਕ ਮੇਰੇ ਆਕਾ ਦਾ ਓਏ ਮਦੀਨਾ ਵੀ ਮੇਰੇ ਆਕਾ ਦਾ ਮਦੀਨਾ ਵੀ ਪਾਕ ਪਾਕ ਹੀ ਪਾਕ ਹੀ ਅੱਲਾਹ ਅੱਲਾ 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 ਕਿਵੇਂ ਫਰਮਾ ਰਿਹਾ ਮੱਕੇ ਮਦੀਨੇ ਦੇ ਤਸਕਰੇ ਨੇ ਇੰਨਾ ਵਾਲਾ ਵਈ ਦਿਲ ਵੋਜ਼ਿਆ ਲਿਲਨਾਸ ਲੱਲਜ਼ੀ ਬੇਬਕਤ ਮੁਬਾਰਕ ਵਾਹੁਦਲਿਲ ਆਲਮੀਨ ਕਿਤੇ ਫਰਮਾ ਰਿਹਾ ਵਤੀਲ ਵਜ਼ੈਤੂਨ ਵਤੂਰ ਸੀਨੀਨ ਵਹਾਜ਼ਲ ਬਲਦਿਲ ਅਮੀਨ ਕਿਤੇ ਇਲਾਨ ਕਰ ਰਿਹਾ ਲਾ ਉਕਸਿਮ ਬਿਹਾਜ਼ਲ ਬਲਦੀ ਵਅੰਤ ਹਿਲੁਮ ਬਿਹਾਜ਼ਲ ਬਲਦੀ ਸੋਹਣਿਆ ਮੈਨੂੰ ਤੇਰੇ ਸ਼ਹਿਰ ਦੀ ਕਸਮ ਹੈ ਅੱਲਾ ਸ਼ਹਿਰ ਦੀਆਂ ਕਸਮਾਂ ਕਿਉਂ ਖਾ ਰਹੀ ਹੈ ਫਰਮਾਇਆ ਇਹ ਨਹੀਂ ਆਖਿਆ ਵੀ ਇੱਥੇ ਤੇਰਾ ਮੇਰਾ ਮੇਰਾ ਘਰ ਬੈਤੁੱਲਾ ਇਸ ਵਾਸਤੇ ਕਸਮ ਖਾ ਰਿਹਾ ਨਾ ਨਾ ਇੱਥੇ ਜ਼ਮਜ਼ਮ ਦਾ ਕੂਵਾ ਇਸ ਵਾਸਤੇ ਕਸਮ ਖਾ ਰਿਹਾ ਓਏ ਨਹੀਂ ਇੱਥੇ ਹਜਰੇ ਅਸਵਦ ਨਾ 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 ਅੱਲਾ ਜੀ ਕਿਵੇਂ ਕਸਮ ਖਾ ਰਹੀ ਹੈ ਫਰਮਾਇਆ ਸੋਹਣਿਆ ਮੈਨੂੰ ਤੇਰੇ ਸ਼ਹਿਰ ਦੀ ਕਸਮ ਹੈ ਉਹਨਾਂ ਸ਼ਹਿਰ ਦੀ ਨਹੀਂ ਉਹਨਾਂ ਗਲੀਆਂ ਦੀ ਕਸਮ ਹੈ ਅੱਲਾ ਗਲੀਆਂ ਦੀ ਨਹੀਂ ਅੱਲਾ ਕਿਹਦੀ ਕਸਮ ਹੈ ਫਰਮਾਇਆ ਉਹਨਾਂ ਗਲੀਆਂ ਦੇ ਵਿੱਚ ਤੇਰੇ ਪੈਰਾਂ ਦੀਆਂ ਤਲੀਆਂ ਲੱਗਦੀਆਂ ਰਹਿੰਦੀਆਂ ਇਹ ਮੇਰਾ ਸੋਹਣਾ ਹੀ ਅੱਲਾ ਉਹਨਾਂ ਸ਼ਹਿਰ 'ਚ ਫਿਰਨਾ ਟੁਰਨਾ ਨਸੀਬ ਫਰਮਾ ਦੇਵੇ ਅੱਲਾ ਉਹਨਾਂ ਗਲੀਆਂ ਦੇ ਵਿੱਚ ਫਿਰਨਾ ਟੁਰਨਾ ਨਸੀਬ ਫਰਮਾ ਦੇਵੇ ਤੇ ਕੋਈ ਕਹਿਣ ਵਾਲਾ ਕਹਿ ਗਿਆ ਹੀ ਫੈਸਲਾਬਾਦੀ ਅਦਲੇ ਮਹਬੂਬੇ ਖੁਦਾ ਦੀਆਂ ਗਲੀਆਂ ਵਿੱਚ ਜਿਸ ਵਕਤ ਰਸਾਈਆਂ ਹੁੰਦੀਆਂ ਨੇ ਹਰ ਪਾਪੀ ਦਿਲ ਦੀਆਂ ਦੋ ਦੋ ਗਈ ਕਿਆ ਖੂਬ ਸਫਾਈਆਂ ਹੁੰਦੀਆਂ ਨੇ ਜਦੋਂ ਕੰਧਾਂ ਦਿਸਣ ਮਦੀਨੇ ਦੀਆਂ ਤਾਂ ਸਾਰੀਆਂ ਠਰਦੀਆਂ ਸੀਨੇ ਦੀਆਂ ਦਿਲੋਂ ਹਸਦ ਬੁਗਜ ਤੇ ਕੀਨੇ ਦੀਆਂ ਵਾਵਾ ਰਗੜ ਮਲ ਜਾਈਆਂ ਹੁੰਦੀਆਂ ਨੇ ਲੋਕੋ ਮੇਰੇ ਸੋਹਣੇ ਨਬੀ ਦਾ ਮੱਕਾ ਵੀ ਪਾ ਗਈ ਅੱਲਾ ਦੀ ਕਸਮੇ ਹੋਏ ਮਦੀਨਾ ਵੀ ਪਾ ਮੇਰੇ ਆਕਾ ਅਲੈ ਸਲਾਮ ਦਾ ਨਾ ਹੁਣ ਤੁਸੀਂ ਥੱਕ ਗਏ ਮੈਨੂੰ ਪਤਾ ਲੱਗ ਗਿਆ ਹੈ ਜੀ ਆਖਿਰ ਮੂੰਹ ਵੀ ਰੋਜ਼ ਇਹੋ ਹੀ ਕੰਮ ਕਰਦਾ ਫਿਰਨਾ ਨਾ ਹੈ ਜੀ ਰਾਤ ਦਿਨ ਜਲਸੇ ਹੀ ਕਰਦੇ ਫਿਰੀ ਦੇ ਨਾ ਅੱਲਾ ਦੀ ਤੌਫੀਕ ਨਾਲ ਰਾਤ ਕੋਟ ਰਾਧਾ ਕਿਸ਼ਨ ਸਾਹਿਬ ਹੁਣ ਤੁਹਾਡੇ ਕੋਲ ਆ ਅੱਲਾਹ ਬੰਦਿਆਂ ਦਾ ਪਤਾ ਲੱਗ ਜਾਂਦਾ ਹੈ ਮਾਸ਼ਾ ਅੱਲਾ ਵੀ ਹੁਣ ਚਾਰ ਪਾਈਆਂ ਇੰਤਜ਼ਾਰ ਕਰਦੀਆਂ ਪਈਆਂ ਨੇ ਇਹ ਵੀ ਆਂਦੇ ਨੇ ਚਾਰ ਪਾਈਆਂ ਕੋਲ ਪਹੁੰਚ ਜਾਈਏ ਮੇਰੀ ਦੁਆ ਹੈ ਕਿ ਅੱਲਾ ਖਰੀਦ ਲਓ ਤੁਹਾਨੂੰ ਦੱਸੇ ਅਰੇ ਚਾਰ ਪਾਈਆਂ ਤੇ ਪਹੁੰਚਾ ਦੇਵੇ ਮੇਰੇ ਨਬੀ ਦਾ ਥੁੱਕ ਮੁਬਾਰਕ ਵੀ ਪਾ ਕੇ ਮੇਰੇ ਆਕਾ ਦਾ ਮੇਰੇ ਸੋਹਣੇ ਦਾ ਹੈ ਜੀ ਥੁੱਕ ਮੁਬਾਰਕ ਵੀ ਪਾ ਕੇ ਓਏ ਅਲੀ ਦਾ ਮੁਸ਼ਕਿਲ ਕੁਸ਼ਾ ਅੱਲਾ ਅਲਾ ਅੱਲਾ ਓਏ ਕੱਲਾ ਅਲੀ ਦਾ ਮੁਸ਼ਕਿਲ ਕੁਸ਼ਾ ਅੱਲਾ ਲੋਕਾਂ ਦਾ ਮੁਸ਼ਕਿਲ ਕੁਸ਼ਾ ਅਲੀ ਅਲੀ ਦਾ ਮੁਸ਼ਕਿਲ ਕੁਸ਼ਾ ਅੱਲਾ ਅੱਲਾਹੁ ਅੱਲਾ ਅੱਲਾ ਮੇਰੇ ਸੋਹਣੇ ਨਬੀ ਨੇ ਥੁੱਕ ਮੁਬਾਰਕ ਲਗਾਇਆ ਹੈ ਅੱਖਾਂ ਦੀਆਂ ਦਰਦਾਂ ਦੂਰ ਹੋ ਜਾਂਦੀਆਂ ਨੇ ਮੇਰਾ ਆਕਾ ਆਕਾ ਹੀ ਨਾ ਅਲੈਹਿਸ ਸਲਾਤੁ ਵਸਲਾਮ ਅਰੇ ਖਾਰੇ ਖੂਹ ਵਿੱਚ ਥੁੱਕ ਮੁਬਾਰਕ ਪਾ ਛੱਡਦਾ ਹੈ ਅੱਲਾ ਖਾਰੇ ਖੂਹ ਨੂੰ ਮਿੱਠੀਆਂ ਮਿੱਠੀਆਂ ਕਰ ਦਿੰਦਾ ਅਰੇ ਖੰਦਕ ਖੋਦੀ ਜਾ ਰਹਿਲ ਇਹ ਕਾਲ ਵਾਲਾ ਆਇਆ ਆ ਗਿਆ ਦਾ ਸੋਨੇ ਮਬੂ ਪੈਗੰਬਰ ਜੀ ਉਹ ਫਲਾਣਾ ਦਾ ਪੱਥਰ ਹੈ ਨਾ ਫਲਾਣਾ ਦਾ ਪੱਥਰ ਹੈ ਨਾ ਉਹ ਸਾਡੇ ਕੋਲੋਂ ਟੁੱਟਦਾ ਨਹੀਂ ਪਿਆ ਤੇ ਨਾਲ ਹੀ ਕੱਪੜਾ ਚੁੱਕ ਕੇ ਕਹਿੰਦਾ ਆਂਦਾ ਸੋਨਿਆ ਸਾਨੂੰ ਭੁੱਖ ਵੀ ਮੈਨੂੰ ਲੱਗੀ ਹੋਈ ਆ ਆ ਮੈਂ ਇੱਕ ਪੱਥਰ ਜਿਹੜਾ ਹੈ ਭੁੱਖ ਦੀ ਬਿਨਾਹ ਤੇ ਉੱਤੇ ਬੰਦਾ ਹੋਇਆ ਆਕਾ ਫਰਮਾਉਂਦੇ ਨੇ ਓਏ ਤੂੰ ਇੱਕ ਬੱਦਾ ਹੈ ਤੇ ਤੁਹਾਡੇ ਪੀਰ ਨੇ ਦੋ ਬੱਦੇ ਇਹ ਨਹੀਂ ਵੀ ਆਪ ਚਰਗੇ ਮਰਗੇ ਖਾ ਕੇ ਆਇਆ ਹੈ ਪੀਰ ਚਰਗੇ ਖਾ ਰਿਹਾ ਤੇ ਲੋਕਾਂ ਵਾਸਤੇ ਜਨਾਬ ਕੀ ਇਹ ਲੰਗਰ ਖੁੱਲਣ ਲੱਗਾ ਹੈ ਉਹ ਲੰਗਰ ਕੀ ਹੈ
दार रोटी तेन लड़ती है दार रोटी तू भी लंगर चो खा ना है जी उन्हें समझा भी पीर साडा पर फरमाया वेखो ना मैं दो बंदे होए ने ते कोल चापर खलोते होए सर रजी अल्लाह तआला नु उन्हें वेखिया घर पहुंचिया बीवी नु जाके कहंदा आंदे ने बीवी साहिबा मैं पीर नु वेखिया सोने नबी नु भुख लगी हुई आ ते उहदा रोटी दा इंतजाम करना चाहिए फरमांदिया ने एक शेर जवांदा है ओ मैं पीस लैंदी आ ओ पठोरा बकरा छोटा जी है ओनू तुसी ज़िबा कर देवो ते गोश्त बना देवो मैं हांडी बना देनी आ खाना थोड़ा जी है जाके नबी नू आहिस्ता आहिस्ता गल करे आ जे हौली हौली किते सारे दरवेश सुन ना लै तालबान सारे है सुन ना लै आहिस्ता आहिस्ता की आ जे के खाना थोड़ा है दो चार पांच सात साबी नाल ले आओ आके खाना साढ़े घर खा जाओ ते जनाबे जनाबे जाबर दौड़े दौड़े खुशी नाल जिदे घर नबी आना होवे खुश होना चाहिए ना और जिदे घर नबी आना होवे खुश होना चाहिए ना अल्लाह 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 मेरे वीर मेरे भाई दौड़े दौड़े खुशी नाल जा रहे नहीं ते सोने दी अगे सारी गल खोल दिती आ फरमाया सोने गरीबा गरीबा जिन्ना कोई इंतजाम कर सकिया ओने गुंदावत देंदा पिया आप तशरीफ ले आओ नाल पांच सात सहाबा ले आओ ते मेरे आका ने की फरमाया तालिया बिलाल 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 किथे आ ओनू जल्दी मेरे सामने पेश करो बिलाल हाजिर हो जाते नहीं फरमाया बिलाल इलाल कर दियो जिन्ने खंदक वाले ने सारे अंदा खाना जाबर दे घर पका होया जाबर उथो दौड़िया घर आसा लिया अंदर लगे ना ते रंग उड़िया होया जुल्फा बिखरिया होया बीवी आंदी है नबी घर आ रहे ने तुसी कह ता बड़े खुशी खुशी सौ ते आए बड़े परेशान जे हो के ओ नीला अरे जनाब जर्द तुहाडा रंग पीला होया पिया गल की है अहे तू पका लै रोटी ओ सारे तुरे आ गए ऐ सारे तुरे आ गए ते बीवी फिर बीवी है ना अजकल दी हुंदी ना आंदी चलो फिर आपां बाहरो ताला मार के पेके ही टुर जाने आ मौलवी आपे फिर टुर के चले जाणगे लेकिन ओ भी नबी दे परवानी सी ना ते आंदी है जनाब तुसी गल खोल दीती सी के ना फरमाया मैं ता खोल दीती सी के चंद साबा ना ले आओ खाना थोड़ा है ते हुण सारे तुरे आंदे ने साडी बिस्ती हो जानी आ अल्लाह अल्लाह बीवी बीवी होवे बीवी बीवी होवे ते फिर सार लैंदी है वक्त दा जनाब ख्याल कर लैंदी आ बीवी आंदी है फिर तुहानू घबराण दी लोड़ ही कोई नहीं तुहानू घबराण दी लोड़ ही कोई नहीं जदों तुसी गल खोल दीती आ अल्लाह 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 असी तो जिन्ना इंतजाम कीता है नबी दी अगे रख देवांगे अस आखांगे सोनिया ऐलान तू कीता है तू जाने ते सहाबा जाना नबी ने फरमाया एक बंदा दौड़ाया सहाबी दौड़ाया फरमाया जाके जाबर नु कहो के मेरा इंतजार करे अजे जनाब रोटियां पकानियां शुरू ना करे हांडी जड़ी ना चूल्हे ते रहन दे मैं आ रहा मेरे आका तशरीफ ले आए अजे जाबर दे घर नहीं सन हुण हर जगह तो नहीं ना अरे जनाब जाबर दे घर आ गया फरमाया किते जे आटा सालन ये वो फरमाया सोने आ हांडी दी आटा मेरे आरे जो सोने ने आपरा थुक मुबारक ओ हांडी विच भी पा छड़ी है आटे विच भी पा दित्ता है फरमाया जाबर पकाई जाओ वारी वारी इना सारिया नु खिलाई जाओ एक मैनू आंदा है यजदानी वेखे खत्म जायज हो गया ना फिर की जायज हो गया खत्म जायज हो गया ना मैं आख्या जे पियो दा है ना जिवें नबी ने कीता है उवें तू भी करी नबी ने तो कीता थुक मुबारक पाया तू कोई आ करके पावी ना बेच हैं ओ जे तैनू डांगा वाले रह लैन दे तो मेरा नाम उठा दे भी ओ चवला चवला मेरे नबी दी थुक में अल्लाह ने बरकतां रखियां होईयां ने अल्लाह दी कसम है अरे खाना खाई जा रहे ने ओए खाना मुकिया नहीं साबी सारे खा के रज के टुर जांदे ने ए मेरा नबी मुहम्मद आखो सल्लल्लाहु अलैहि वसल्लम आओ वीरो मुकदी मुकामा तुहानू घर पहुंचावा खरीयत दे नाल अल्लाह 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 मेरे आका इस तरह बाहर तशरीफ लै गए ने मदीनों बाहर तशरीफ ले जांदे ने ते नाल सहाबा नाल नाल ने अल्लाह 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 मेरे वीर मेरे भाई अगो एक काफला आ रहा है काफला आ रहा है जरा काफले दे अगे अगे उठे ना मेरे नबी नू बड़ा ही प्यारा लगे बड़ा ही सोना लगे ते आका फरमांदे ने काफले वाले ओ ए उठ वेचना जे
मेरे आका नूं उठ बड़ा प्यारा लगा, जिवें अज मौलना फजल रहमान नूं जनाब पजारो बड़ी चंगी लगती है, हैं ते थने डीजल ही चंगी लगती है। अल्लाह अल्लाह अल्लाह, आका पुछदे ने काफले वालियो उठ वेचना जे। काफले वाले आंदे ने बाबा वेच देने आ, ते काफले वाले ना मजाक कीता, उहदा 10,000 सी डबल मंगिया भी भला वेखने बाबा लैंदा कि नहीं लैंदा। उन्हें आख्या जी 20,000 लवांगे। का बाबा जी आप सोने नबी फरमा दे चलो तुहाडा मेरा सौदा हो गया, तुहाडा मेरा सौदा सौदा हो गया, ते मैं तुहानूं मदीने हो जाके पैसे भेज देना। अरे मुहार पकड़ी, अरे अगे अगे तुरे जा रहे ने, ते काफले वाले ने खुश हो ही जा रहे ने। एडे कमले कमले हसी 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 जाते ने, अरे बाबे नूं तां सौदे करन दा वाली नहीं आ। खुशी नाल हसदे हसदे किते जा रहे ने, ते हसदे हसदे एक कहिंदा है ओए बाबे दा नाम पुछिया साजे, दूजे आंदे ने यार याद ही नहीं रहा, दूजा बोलिया बाबे दा थां टिकाना पुछिया साजे यार चेता ही नहीं रहा, ले लो फिर पैसे हुण ना आए, हुण हुण ना आए। अल्लाह अल्लाह, ते जनाब सिर ठां सट लै सोची पै गए, परेशान हो गए परेशान हो गए, भी हुण पता नहीं पैसे मिलने ने के नहीं मिलने। ते काफले वाले विचों ना एक बीबी बाप परदा खतून आई, वो आके आंदी है काफले वाले अगे हसदे पैसो हुण परेशान होए हो चुप्पी कर गए हो बल्कि बिल्कुल तारी वट गए जे। ते बाबा काफले वाली बीबी आंदी है चुप कर गया जे, इहनूं की आंदे होंदे हो तुसीं, की आंदे हो जी जनाब, ओ मर जाए कोई जनाब लैंदा रहिंदा है पार्टी, जनाब की आंदे हो जी, बह गई हां पार्टी बह गई, ओ मैं ना बह नहीं गई लम्मी पै गई है। काफले दी माई आंदी है तुसीं चुप कर गए हो, काते आके हसदे पैसो, आंदे मां बीबी तैनूं की दसीए, ओ जिहड़ा बाबा उठ लै के जा रहा है ओ साडे कोलों 20,000 दा उठ लई जांदा है, 10,000 दा सी, अरे डबल असीं पैसे दा सौदा कर लिया, पर सानू उहदा नाम थां टिकाणा पुछना याद नहीं रहा, पता नहीं पैसे मिलदे ने कि नहीं मिलदे। लाला बीबी बापर दा खतून जिहड़ी है ना, उह आंदी है काफले वालियो बाबा तुहाडे पैसे जरूर दे देवेगा, पैसे तुहाडे नहीं मरदे नहीं मरदे। ते काफले वाले आंदे ने बीबी तू जाननी है उहनूं, उह आंदी है मैं कड़ा लेडी काउंसलर दा इलैक्शन लड़ी होई आ ਮੈਨੂੰ ਕੀ ਪਤਾ ਹੈ, ਮੰਮੀ ਦਾ ਤੁਹਾਡੇ ਨਾਲ ਕਾਫਲੇ ਵਿੱਚ ਆਈਆਂ, ਮੰਮੀ ਦਾ ਤੁਹਾਡੇ ਨਾਲ ਦੀਆਂ, ਪਰ ਇੰਨੀ ਗੱਲ ਜ਼ਰੂਰ ਜੇ ਤੁਸੀਂ ਸੌਦਾ ਕਰਦੇ ਪੈਸੋ, ਮੈਂ ਅਰੇ ਬੁਰਕੇ ਵਿੱਚੋਂ ਉਹਦਾ ਚਿਹਰਾ ਤੱਕਦੀ ਪਈ ਸਾਂ, ਤੇ ਮੈਂ ਨਤੀਜਾ ਇਹ ਕੱਢਿਆ ਇਹੋ ਜਿਹਾ ਚਿਹਰੇ ਤੇ ਫਰਾਡ, ਇਹੋ ਜਿਹਾ ਚਿਹਰੇ ਤੇ ਧੋਖਾ, ਇਹੋ ਜਿਹਾ ਚਿਹਰੇ ਤੇ ਝੂਠ ਫੱਪਦਾ ਹੀ ਨਹੀਂ। ਅੱਜ ਮੁਸਲਮਾਨ ਦੇ ਚਿਹਰੇ ਤੇ ਹੋਏ ਸੱਚ ਹੈ ਆਫਜ਼ਾ ਪਾਦੀਓ, ਜਲਦੀ ਨਾਲ ਹੀ ਕਹਿ ਗਏ ਜੇ, ਤੇ ਵੇਖੋ ਕੀ ਕਹਿ ਗਏ ਜੇ, ਕਹਿ ਕੀ ਕਹਿ ਜੇ, ਹੈ ਤੁਹਾਡੀ ਮਰਜ਼ੀ ਹੈ। ਅੱਲਾਹ ਅੱਲਾਹ ਅੱਲਾਹ, ਥੋੜੀ ਦੇਰ ਗੁਜ਼ਰੀ ਆ ਥੋੜੀ ਦੇਰ ਗੁਜ਼ਰੀ, ਅਰੇ ਮਦੀਨੇ ਇੱਕ ਬੰਦਾ ਆ ਰਿਹਾ ਹੈ, ਕਾਫਲੇ ਵਾਲੇ ਬੰਦੇ ਨੇ ਓ ਵੇਖੋ ਪਤਾ ਨਹੀਂ ਬਾਬਾ ਹੀ ਤੁਰਿਆ ਆਉਂਦਾ ਹੈ। ਤੇ ਚੱਲਦਿਆਂ ਚੱਲਦਿਆਂ ਆਉਂਦਿਆਂ ਆਉਂਦਿਆਂ ਕਾਫਲੇ ਦੇ ਕੋਲ ਪਹੁੰਚਿਆ, ਪਹੁੰਚਣ ਵਾਲਾ ਉਹਨਾਂ ਆਪਣੇ ਅੰਦਾਜ਼ ਨਾਲ ਸਲਾਮ ਕੀਤਾ, ਸਲਾਮ ਉਲ ਮਨ ਤਬਾਲ ਹੁਦਾ, ਅਰੇ ਸਲਾਮ ਕਰਕੇ ਆਉਂਦਾ ਹੋਇਆ ਤੁਹਾਡੇ ਕੋਲੋਂ ਸਾਡਾ ਪੀਰ ਉੱਠ ਲੈ ਗਏ। ਜਦੋਂ ਉੱਠ ਦਾ ਨਾਂ ਸੁਣਿਆ ਨਾ, ਉਹਨਾਂ ਆਖਿਆ ਵੀ ਗੱਲ ਬਣਨ ਲੱਗੀ ਹੈ, ਕਹਿੰਦੇ ਹਾਂ ਹਾਂ ਇੱਕ ਬਾਬਾ ਲੈ ਕੇ ਗਿਆ, ਅਹੇ ਆ ਉਹਨੇ 20,000 ਭੇਜਿਆ ਹੈ, ਤੇ ਨਾਲ ਤੁਹਾਡੇ ਵਾਸਤੇ ਨਾਸ਼ਤੇ ਦਾ ਸਮਾਨ ਭੇਜਿਆ ਹੈ, ਪਤਾ ਨਹੀਂ ਤੁਸੀਂ ਕਦੋਂ ਦਾ ਖਾਇਆ ਪੀਆ, ਤੇ ਉਤਰਦਾਈਆਂ ਮੁਸਾਫਰਾਂ ਦਾ ਖਿਆਲ ਰੱਖਣ ਵਾਲਾ ਹੈ, ਆਖਾ ਰੋ ਨਾਲੇ ਖਾ ਲਵੋ ਨਾਲੇ ਪੈਸੇ ਲੈ ਲਵੋ। ਆਂਦੇ ਨੇ ਯਾਰ ਇੱਥੇ ਰੱਖਣਾ, ਅਰੇ ਇੰਨਾ ਇੰਨਾ ਅਜ਼ਮਤਾਂ ਵਾਲਾ ਜੀ ਉਹ ਬੰਦਾ ਹੈ, ਮੈਨੂੰ ਤੁਸੀਂ ਦੱਸੋ ਹੈ ਕੌਣ, ਉਹਦਾ ਤਾਰਫ ਤੇ ਕਰਵਾਣਾ। ਉਹਨਾਂ ਤਾਰਫ ਕਰਵਾਇਆ, ਉਹ ਜਹਾਨਾਂ ਦਾ ਸਰਦਾਰ ਹੈ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ। ਆਂਦੇ ਨੇ ਨਾਸ਼ਤਾ ਬਾਅਦ ਵਿੱਚ ਕਰਾਂਗੇ, ਪੈਸੇ ਤੇਰੇ ਕੋਲੋਂ ਬਾਅਦ ਵਿੱਚ ਲਵਾਂਗੇ, ਪਹਿਲੇ ਚੱਲ ਕੇ ਉਸ ਇਹੋ ਜਿਹਾ ਨਬੀ ਦੀਆਂ ਜ਼ਿਆਰਤਾਂ ਤੇ ਕਰ ਲਈਏ ਨਾ। ਅਰੇ ਨਬੀ ਦੀਆਂ ਜ਼ਿਆਰਤਾਂ ਕਰਨ ਵਾਸਤੇ ਮਦੀਨੇ ਨੂੰ ਤੁਰ ਪੈ ਨੇ, ਅੱਲਾਹੁ ਅੱਲਾਹ, ਮਦੀਨੇ ਦੀਆਂ ਗਲੀਆਂ ਵਿੱਚੋਂ ਹੁੰਦੇ ਹਵਾ ਨਹੀਂ, ਅਰੇ ਜਨਾਬ ਬਸਤੇ ਨਬੀ ਦੇ ਸਾਹਮਣੇ ਸਵਾਰੀਆਂ ਬਿਠਾਉਣ ਲੱਗ ਪੈਂਦੇ ਨਹੀਂ, ਅੰਦਰ ਮੇਰੇ ਆਕਾ ਤਸ਼ਰੀਫ ਫਰਮਾ ਨੇ,
सोलह नबी साहबियां दे दरमियान जिवें चंद सितारियां दे दरमियान ला 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 सवारियां बिठांदियां नूं वेखिया ओ बंदे मैनूं लगदा है ते दौड़ के बाहर आ जांदे ने आंदे ने ओ काफले वाले ओ किते मेरा पैसे लैके पता नहीं पहुंचिया है कि नहीं पहुंचिया नाश्ता लैके पहुंचिया है कि नहीं पहुंचिया ते तुसीं लभदे होए तलाश करदे करदे ही इत्थे ते नहीं पहुंच गया आंदे ने सोणिया सानूं पता ही बाद विच लगे पता ही बाद विच लगे अल्लाह 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 ते सानूं हुण अपने मुरीदां विच शामिल कर लै अल्लाह 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 कलमा कलमा पढ़ा देना मेरे आका उन्होंने कलमा पढ़ाई जा रहे ने फरमांदे ने अशहदु अल्लाह इलाह पढ़ ले तू भी जरदारी दी ऐसी ते तैसी अशहदु अल्लाह इलाह इल्लल्लाह वहदहु ला शरीक लहु व अशहदु अन्ना मुहम्मदन नूरहु व रसूलहु है जी भूल गया ते भाभी घंटा डेढ़ सुभान अल्लाह मेरियां गल्लां ते करदे रह जे चलो एक बारी कह ही बैठा सही ते अगों ही पै शुरू हो गया जे हैं अल्लाह सोनिया बाबिया दे बस पिया इन्ना मैनू अगे तुरन देना नहीं ते मैं तुहानू तां मसला समझादा पिया ओए मक्के दे विच अब्दोहू दी लड़ाई कोई नहीं सही मक्के विच अब्दोहू दी लड़ाई कोई नहीं सही मक्के वाले मेरे सोने नू अब्दोहू ते मनदे सन उत्थे लड़ाई सी ते रसूलोहू दी लड़ाई सी मेरे आका नू रसूलोहू नहीं सन मनदे अल्लाह 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 अज मौलवियां ने अब्दोहू विच भी रसूलोहू विच भी लड़ाई पा छड्डी अल्लाह मौलवियां नू हदायत नसीब फरमाए हौली आखी जे मौलवियां वास्ते है इन्नी कंजूसी मौलवियां वास्ते अल्लाह 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 जेड़ा मेरा नबी है ना अल्लाह दी कसम है नबी तो बहुत ही उच्ची जात है ना नबी दे मनन वाला है अल्लाह उन्होंने भी उच्चिया उच्चिया बना छड़दा है इस तरह मेरे आका बाद गले मदीनियों साहबा नाल नाल ने साहबा दी जमात नाल आई अगो एक सवारी ते सवार आ रही है आंदिया आंदिया काफले दे कोल पहुंच जांदा है इसने काफले दे कोल पहुंची है इनाम उन्हां काफले वालियां नूं कहिंदा है ए काफले वालियो तुहाडे विचों मुहम्मद कौन है सल्लल्लाहु अलैहि वालैहि वसल्लम साहबा दे ले आ साडा सोना मुहम्मद मुस्तफा है अलैहि सलातो व सलाम उधर नु मुंह करके आंदा सोनिया बड़ी दूर आया मैनू कलमा पढ़ा मुरीदा विच शामिल कर ले मेरे आका ने कलमा पढ़ाया मुरीदा विच शामिल कर लिया है इसलिए मुरीदा विच शामिल कर लिया है ना आका फरमांदे ने मस्जिद नबी अंदर पहुंचो मदीने दे अंदर चले जाओ असहाबे सूफा बैठे अरे उस चबूतरे ते बैठे अल्लाह मैनू तैनू बैठना नसीब फरमा दे अल्लाह मस्जिद नबी दे अंदर बहना नसीब फरमा दे अल्लाह सोनिया दो चार साल हो गए लै चल हुण उत्थे और मैं तुहाडे वास्ते आमीना ना तुसी मेरे वास्ते कह दियो अल्लाह अल्लाह इस तरह ना बैठे सा मस्जिद नबी च मैं अत्ता याद बैठा दो नफल पढ़े ते मेरे कोल ना आके शुरता जा खलो गया लंबा चोगा उत्ते रुमाल मैं कह या अल्लाह खैर होवे सही ये खलोता आके पता नहीं की शिकायत हो गई है जी खलोता खलोता सलाम फेरिया अंदर जी अस्सलामु अलैकुम मैं कह जी वालेकुम असलाम है जी यजदानी साहब हो ना मैं कह जी हाँ अब्द अली यजदानी हो ना मैं कह जी कदों आए हो मैं कह जी कल पहुंचे हाँ अच्छा ते मैं जी तुसी कौन हो ऐ जी मैं ना उकाड़े दा रहन वाला हाँ ते इत्थे मदीना यूनिवर्सिटी च पढ़ना तालब इलम हाँ ते मेरी 3 बजे तो लेकर के ना रात 11 बजे तक सोने दे रोजे ते ड्यूटी हुंदी है ड्यूटी देना ड्यूटी क्यों दे तुहानू पता ना मुंह मारन वाले आंदे ने इधर ते मैनू आंदा यज़दानी साहब सोने नबी दी कबर दी ज़ियारत फरमाई दे मैं आख्या सुनते सानू ओहो ही समझदे ने ਹੈਂ ਸਾਨੂੰ ਉੱਥੇ ਖਲੋਣ ਹੀ ਨਹੀਂ ਦਿੰਦੇ ਰੋਹ ਰੋਹ ਆ ਦਿੰਦੇ ਨੇ ਤੇ ਤੁਸੀਂ ਨਾ ਇਸ ਤਰ੍ਹਾਂ ਕਰੋ ਮੈਂ ਉਧਰੋਂ ਪਿੱਛੋਂ ਪਿੱਛੋਂ ਆਓ ਤੇ ਮੈਂ ਤੁਹਾਡਾ ਅੱਗੇ ਇੰਤਜ਼ਾਮ ਕਰਨਾ ਮੈਂ ਜਨਾਬ ਗਿਆ ਹਾਜੀ ਦੇ ਪਿੱਛੇ ਪਿੱਛੇ ਟੁਰਿਆ ਜਾਵਾਂ ਉਹਨੇ ਅੱਗੇ ਜਿਹੜੇ ਪੁਲਿਸ ਵਾਲੇ ਖਲੋਤੇ ਸਨ ਨਾ ਇਸ਼ਾਰਾ ਕਰਕੇ ਆਉਂਦਾ ਵੀ ਉਹ ਜਿਹੜਾ ਆ ਰਿਹਾ ਹੈ ਨਾ ਉਹ ਆਪਣਾ ਹੀ ਉਹ ਆਪਣਾ ਹੀ ਹੈ ਦੂਜਾ ਨਹੀਂ ਹੈ ਜੀ ਉਹਨਾਂ ਫਿਰ ਮੈਨੂੰ ਜਨਾਬ ਸੋਹਣੇ ਦੀ ਕਬਰ ਦੀ ਜ਼ਿਆਰਤ ਫਰਮਾਈ ਫਰਮਾਇਆ ਇੱਥੋਂ ਵੇਖੋ ਨਾ ਉਹ ਸਾਹਮਣੇ ਉਹ ਜਿਹੜੀ ਸਾਹਮਣੇ ਹੈ ਨਾ ਇਹ ਸੋਹਣੇ ਦੀ ਕਬਰ ਮੁਬਾਰਕ ਹੈ ਅੱਲਾਹ ਅੱਲਾਹ ਅੱਲਾਹ
जी आका फरमाते ने जाओ साबे सुबह बैठे ने ते चल के उन्हें दीन दियां गल्लां सुनो। वांदा जी नहीं मेरे को टाइम इन्ना कोई नहीं मैं वापस बड़ी जल्दी चला जाना है ते मोटियां मोटियां तुसी मैनू गल्लां समझा दिओ। नमाज सिखाई रोजा सिखाया सदका खराब जिक्र अज़कार आका नूं फरमांदे ने फिर अर्ज करदा सोहणिया हुण मैं जल्दी जाना है वापस तुर जाना है ते इस तरह आका ने जास रह के चलिया गया। थोड़ी दूर गया ना सवारी जा रही है जा रही है ते सवारी अचानक साबा वेखदे ने कि सवारी डिगी उत्तों सवार डिगिया देखिया ना आका फरमांदे जाओ जाके वेखो बई नवा नवा साडा साथी बनिया बनिया की उहनूं जिसने जाके साबिया ने वेखिया सवारी गिरी पता नहीं पैर फिसलिया पोली जमीन आई उत्तो सवार गिरिया उदी मनका हड्डी टुट गई अरे जनाब रूह परवाज कर गई। जिसले रूह परवाज आंदा सी ना टाइम थोड़ा आंदा सी ना बाबा टाइम थोड़ा है मैं जल्दी चले जाना है अरे जनाब जिसले जनाब मौत आ गई फौत हो गई आका नूं आके इतलावां दित्तियां आका फरमा दे रहे ओए चलो इहदी पहले दफन कफन की तैयारी करो जनाजा पढ़िए फिर इहनूं कफन दफन अल्लाह 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 दफना आगे फिर जिथे जाना फिर चलांगे। जिसले जनाब जनाजे का टाइम आ गई है मेरे आका तुरे जा रहे ने अगलिया अगलिया पैरां दियां उंगलियां ते तुरदे जा रहे पूरा पैर जमीन ते नहीं ला दे पै पूरा पैर जमीन ते लागे चलदे 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 नहीं पै साबी एक अर्ज करदा सोनिया महबूबा पूरा पैर जमीन ते क्यों नहीं जे ला दे पै। फरमांदे ने मेरे साथी मेरे सहाबी तेनू मैं की दसा अल्लाह ने एदे जनाजे ते इन्ने फरिश्ते भेज दिते नहीं इन्ने फरिश्ते आ गए ने इन्ने फरिश्ते आए ने मैनू पूरा पूरा पैर जमीन ते लाण वास्ते जगह ही नहीं मिलदी भाई मेरे नबी दे साफी ते मनन वाले अल्लाह अल्लाह मेरा नबी किड्डा उच्चा होवेगा लोको दुनिया वाले हो मुहम्मद रसूलुल्लाह अल्हम्दुलिल्लाह रब्बिल आलमीन वल आकिबतुल मुत्तकीन वस्सलातु वस्सलामु अला रसूलिल करीम اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد ربنا ظلمنا أنفسنا وإن لم تغفر لنا وترحمنا لنكونن من الخاسرين رب اغفر وارحم وأنت خير الرحمين رب ارحمهما كما ربياني صغيرا رب ارحمهما كما ربياني صغيرا اللهم يا قاضي الحاجات اقضي حاجاتنا اللهم يا شافي الامراض اشف امراضنا اله العالمين بیمارانو شفا عطا فرما اللہ کریم مسلمانا دیا روحانی جسمانی بیماریاں دور فرما اے میرے اللہ بیماریاں لانا اے تے تو لانا اے مولا شفا بھی دینا اے تے صرف تو دینا اے شاہا بیمارانو شفا عطا فرما اللہ ساڈیاں مشکلاں آسان فرما اللہ کریم ساڈیاں مصیبتاں دور فرما مولا کریم ساڈیاں پریشانیاں دور فرما اے میرے اللہ جنہاں دوستاں نے دعاواں دا کیا ہویا اے اللہ انہاں ساریاں دیاں ساریاں دعاواں قبول فرما یا اللہ کریم بابا جی اللہ دی طرف فوت ہو گئے اللہ انہاں دے انہاں نوں اللہ مقام عطا فرما یا اللہ جنہاں دے ماں باپ پینا پائی رشتہ دار فوت ہو گئے اللہ سب دے رشتہ دار ماں باپ نوں جنت الفردوس اندر جگہ عطا فرما یا اللہ کریم اسی گناہگار بڑے ہاں مولا سیاکار بڑے ہاں اللہ خطا کار بڑے ہاں اللہ ساڈیاں خطاواں معاف فرما اللہ ساڈے قصور معاف فرما اللہ ساڈے پاپ معاف فرما یا اللہ کریم سب دیاں آساں مراداں پوریاں فرما اللہ سب دیاں تمناواں آرزواں قبول فرما اللہ جڑی میری ماں بہن اولاد کولو گود خالی اللہ اودی اولاد نال گود ہری بھری فرما یا اللہ اولادا دینا اے تے صرف تو دینا اے مولا بے اولادیاں نوں اولاد سالے تے پاک عطا فرما یا اللہ کریم مکے مدینے دی زیارت نصیب فرما اللہ سونیا جڑے مقروس
ਹੁਸਨੇ ਮੌਲਾ ਉਹਨਾਂ ਨੂੰ ਕਰਜ਼ ਤੋਂ ਖਲਾਸੀ ਅਤਾ ਫਰਮਾ। ਯਾ ਅੱਲਾ ਕਰੀਮ ਸਾਡੇ ਰਿਜ਼ਕ ਅੰਦਰ ਬਰਕਤਾਂ ਹੀ ਬਰਕਤਾਂ ਅਤਾ ਫਰਮਾ ਮੌਲਾ, ਸਾਡੇ ਕਾਰੋਬਾਰ 'ਚ ਬਰਕਤਾਂ ਹੀ ਬਰਕਤਾਂ ਅਤਾ ਫਰਮਾ। ਇਹ ਮੇਰੇ ਮੌਲਾ ਅਸੀਂ ਗੁਨਾਹਗਾਰ, ਮੌਲਾ ਸਾਡੇ ਗੁਨਾਹਾਂ ਨੂੰ ਮਾਫ਼ ਫਰਮਾ, ਅੱਲਾ ਸਾਡੀਆਂ ਖਤਾਵਾਂ ਮਾਫ਼ ਫਰਮਾ, ਅੱਲਾ ਸਾਡੇ ਕਸੂਰ ਮਾਫ਼ ਫਰਮਾ, ਅੱਲਾ ਸਾਡੇ ਪਾਪ ਮਾਫ਼ ਫਰਮਾ। ਮੇਰੇ ਅੱਲਾ ਜੋ ਦਿਲ ਦੇ ਅੰਦਰ ਆਸਾਂ ਤੇ ਮੁਰਾਦਾਂ ਲੈ ਕੇ ਬੈਠੇ ਹਾਂ, ਮੌਲਾ ਸਾਡੀਆਂ ਆਸਾਂ ਮੁਰਾਦਾਂ ਪੂਰੀਆਂ ਫਰਮਾ। ਅੱਲਾ ਜੋ ਤਮੰਨਾਵਾਂ ਅਰਜ਼ੂਆਂ ਲੈ ਕੇ ਬੈਠੇ ਹਾਂ, ਮੌਲਾ ਸਾਡੀਆਂ ਤਮੰਨਾਵਾਂ ਅਰਜ਼ੂਆਂ ਕਬੂਲ ਫਰਮਾ। ਰੱਬਨਾ ਤਿਨਾ ਮਿਲਤੁਨ ਕਰਹਮਾ ਇਨਕ ਅੰਤਲ ਵਹਾਬ, ਰੱਬੀ ਗਫਿਰ ਵਰਹਮ ਵਾਂਤ ਖੈਰੁ ਰਾਹਿਮੀਨ, ਰੱਬਿ ਰਹਮ ਹੁਮਾ ਕਮਾ ਰੱਬਯਾਨੀ ਸਗੀਰਾ, ਰੱਬਨਾ ਤਕੱਬਲ ਮਿੰਨਾ ਇਨਕ ਅੰਤ ਸਮੀਉਲ ਅਲੀਮ, ਵਤੁਬ ਅਲੈਨਾ ਇਨਕ ਅੰਤ ਤਵਾਬੁਰ ਰਹੀਮ। ਸੱਲੱਲਾਹੁ ਤਾਲਾ ਅਲਾ ਖੈਰਿ ਖਲਕਿਹਿ ਮੁਹੰਮਦਿਨ ਵਾਲੀ ਵਸਾਬੀ ਅਜਮਾਈਨ। ਇਹ ਮੱਕੀ ਕੇਸਟ ਕੁਤਬ ਸਿਟੀ ਸੈਂਟਰ ਭਾਈ ਮੱਕੀ ਦੇ ਕੋਲੋਂ ਉਲਮਾ ਦੀਆਂ ਕੇਸਟਾਂ, ਅੱਜ ਦੇ ਪ੍ਰੋਗਰਾਮ ਦੀਆਂ ਕੇਸਟਾਂ ਮਿਲਣਗੀਆਂ ਇਨਸ਼ਾਅੱਲਾ।